ਉਧਰ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਵਾਰ 6 ਜੂਨ ਨੂੰ ਬਲੂ ਸਟਾਰ ਦੀ ਬਰਸੀ ਸਮਾਗਮਾਂ ਵਿੱਚ ਕੋਈ ਵੀ ਹੰਗਾਮਾ ਨਹੀਂ ਕੀਤਾ ਜਾਵੇਗਾ। ਮਾਨ ਨੇ ਕਿਹਾ ਕਿ ਇਸ ਮਾਮਲੇ ਵਿੱਚ ਉਹਨਾਂ ਦੀ SGPC ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਦੇ ਨਾਲ ਗੱਲਬਾਤ ਹੋ ਗਈ ਹੈ ਅਤੇ ਉਹਨਾਂ ਨੇ ਭਰੋਸਾ ਦਿਵਾਇਆ ਕਿ ਉਹਨਾਂ ਨੂੰ ਸ੍ਰੀ ਅਕਾਲ ਤਖਤ ਆਉਣ ਤੋਂ ਰੋਕਿਆ ਨਹੀਂ ਜਾਏਗਾ। ਉਧਰ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ 6 ਜੂਨ ਦੇ ਸਮਾਗਮਾਂ ਨੂੰ ਲੈ ਕੇ ਅਲਰਟ 'ਤੇ ਹੈ ਅਤੇ ਕਿਸੇ ਵੀ ਸੂਰਤ ਦੇ ਵਿੱਚ ਪੰਜਾਬ ਦਾ ਮਾਹੌਲ ਨਹੀਂ ਵਿਗੜਨ ਦਿੱਤਾ ਜਾਵੇਗਾ। ਮਨਪਸੰਦ ਤਰੀਕੇ ਦੇ ਨਾਲ ਉਹਨੂੰ ਮਨਾਉਣਾ ਹੈਗਾ। ਸਾਰੀ ਏਕਤਾ ਹੋ ਗਈ ਹੈ, ਕੋਈ ਸਾਡੇ ਉੱਤੇ ਟਾਸਕ ਫੋਰਸ ਜ਼ੁਲਮ ਨਹੀਂ ਕਰੂਗੀ, ਕੋਈ ਪਹਿਲਾਂ ਜਾ ਕੇ ਸੀਟਾਂ ਨਹੀਂ ਮੱਲਣਗੇ। ਜਿਵੇਂ ਜਿਵੇਂ ਸੰਗਤ ਆਈ ਜਾਊਗੀ ਉਸੇ ਤਰ੍ਹਾਂ ਉਹ ਬੈਠੇ ਜਾਣਗੇ। ਅਤੇ ਮੈਨੂੰ ਬਡੂੰਗਰ ਸਾਹਿਬ ਨੇ ਵਾਅਦਾ ਵੀ ਕੀਤਾ ਕਿ ਅਸੀਂ ਜਿਹੜਾ ਅਸਲੀ ਨਾਨਕਸ਼ਾਹੀ ਕੈਲੰਡਰ ਹੈ ਉਹਨੂੰ ਲਾਗੂ ਕਰ ਦੇਣਾ। देखिए, ये हम अफसोसनाक है, हम गमगीन हैं कि ये दिन पंजाब को देखने पड़े और एहतियात के तौर पे अलर्ट है। पर मैं फिर कहना चाहता हूँ कि ये मिलिटेंसी और ये इस किस्म की सोच जो है वो पंजाब में से ये जड़ से उखड़ चुकी है, ये जड़ पंजाब में फिर लग नहीं सकेगी।